ਲੋਕ ਸਭਾ ਚੋਣਾਂ ਤੋਂ ਐਨ ਮੌਕੇ ਪਹਿਲਾਂ ਪੰਜਾਬ ਦੇ ਵਿੱਚ ਈਡੀ ਦਾ ਵੱਡਾ ਐਕਸ਼ਨ ਨਜ਼ਰ ਆਇਆ। ਈਡੀ ਦੇ ਵੱਲੋਂ ਪੰਜਾਬ ਦੇ ਵਿੱਚ 3.5 ਕਰੋੜ ਰੁਪਇਆ ਬਰਾਮਦ ਕੀਤਾ ਗਿਆ। ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪੰਜਾਬ ਦੀਆਂ 13 ਥਾਵਾਂ ਤੇ ਈਡੀ ਦੇ ਵੱਲੋਂ ਛਾਪੇ ਮਾਰੇ ਗਏ ਨੇ ਔਰ ਇਹਨਾਂ ਛਾਪਿਆਂ ਦੇ ਵਿੱਚ ਹੁਣ ਤੱਕ 3.5 ਕਰੋੜ ਰੁਪਇਆ ਬਰਾਮਦ ਕੀਤਾ ਗਿਆ। ਉਹ ਜ਼ਮੀਨਾਂ ਜੋ ਈਡੀ ਦੇ ਵੱਲੋਂ ਕੁਰਕ ਕੀਤੀਆਂ ਗਈਆਂ ਸੀ, ਉਹਨਾਂ ਜ਼ਮੀਨਾਂ 'ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਜਿਸ ਨੂੰ ਲੈ ਕੇ ਈਡੀ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ। 13 ਟੀਮਾਂ ਪੰਜਾਬ ਦੇ ਵਿੱਚ ਤੈਨਾਤ ਨੇ। ਨੰਗਲ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਭਲਾਣ, ਨਨਗਰਾਂ, ਭਾਲੜੀ ਖੇਤਰਾਂ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਹਨਾਂ ਦੇ ਵੱਲੋਂ ਕ੍ਰੈਸ਼ਰਾਂ ਨੂੰ ਸੀਲ ਕੀਤਾ ਗਿਆ। ਬਾਕੀ ਖੁਲਾਸੇ ਰੇਡ ਪੂਰੀ ਹੋਣ ਤੋਂ ਬਾਅਦ ਕੀਤੇ ਜਾਣਗੇ। BSF ਦਾ ਸਖ਼ਤ ਪਹਿਰਾ ਇੱਥੇ ਲੱਗਿਆ ਹੋਇਆ ਹੈ। ਦੱਸ ਦਈਏ ਕਿ ਕੁੱਲ 13 ਟੀਮਾਂ ਜ਼ਿਲ੍ਹਾ ਰੋਪੜ ਦੇ ਵਿੱਚ ਤੈਨਾਤ ਨੇ। ਲਗਾਤਾਰ ਕਈ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ। ਤਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਈਡੀ ਦਾ ਵੱਡਾ ਐਕਸ਼ਨ ਨਜ਼ਰ ਆਇਆ। ਪੰਜਾਬ ਦੀਆਂ ਕੁੱਲ 13 ਥਾਵਾਂ ਨੇ ਜੋ ਕਿ ਈਡੀ ਦੇ ਵੱਲੋਂ ਜਿੱਥੇ ਛਾਪਾ ਮਾਰਿਆ ਗਿਆ। ਰੋਪੜ, ਹੁਸ਼ਿਆਰਪੁਰ ਸਣੇ 13 ਥਾਵਾਂ ਨੇ। ਤਾਂ ਦੱਸ ਦਈਏ ਕਿ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਈਡੀ ਦੇ ਵੱਲੋਂ ਕੁਝ ਜ਼ਮੀਨਾਂ ਜਿਹੜੀਆਂ ਉਹ ਕੁਰਕ ਕੀਤੀਆਂ ਗਈਆਂ ਸੀ ਔਰ ਉਹਨਾਂ ਜ਼ਮੀਨਾਂ 'ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਸੀ। ਇਸ ਮਾਮਲੇ ਦੇ ਵਿੱਚ ਈਡੀ ਦੇ ਵੱਲੋਂ 3.5 ਕਰੋੜ ਰੁਪਇਆ ਜ਼ਬਤ ਕੀਤਾ ਗਿਆ, ਫੜਿਆ ਗਿਆ ਹੈ। ਤਾਂ ਦੱਸ ਦਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਵੱਡਾ ਐਕਸ਼ਨ ਈਡੀ ਦੇ ਵੱਲੋਂ ਕੀਤਾ ਗਿਆ ਹੈ। ਲੋਕ ਸਭਾ ਚੋਣਾਂ ਤੋਂ ਐਨ ਮੌਕੇ ਪਹਿਲਾਂ ਪੰਜਾਬ ਦੇ ਵਿੱਚ ਈਡੀ ਦਾ ਵੱਡਾ ਐਕਸ਼ਨ ਨਜ਼ਰ ਆਇਆ। ਈਡੀ ਦੇ ਵੱਲੋਂ ਪੰਜਾਬ ਦੇ ਵਿੱਚ 3.5 ਕਰੋੜ ਰੁਪਇਆ ਬਰਾਮਦ ਕੀਤਾ ਗਿਆ। ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪੰਜਾਬ ਦੀਆਂ 13 ਥਾਵਾਂ ਤੇ ਈਡੀ ਦੇ ਵੱਲੋਂ ਛਾਪੇ ਮਾਰੇ ਗਏ ਨੇ ਔਰ ਇਹਨਾਂ ਛਾਪਿਆਂ ਦੇ ਵਿੱਚ ਹੁਣ ਤੱਕ 3.5 ਕਰੋੜ ਰੁਪਇਆ ਬਰਾਮਦ ਕੀਤਾ ਗਿਆ। ਉਹ ਜ਼ਮੀਨਾਂ ਜੋ ਈਡੀ ਦੇ ਵੱਲੋਂ ਕੁਰਕ ਕੀਤੀਆਂ ਗਈਆਂ ਸੀ, ਉਹਨਾਂ ਜ਼ਮੀਨਾਂ 'ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਜਿਸ ਨੂੰ ਲੈ ਕੇ ਈਡੀ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ। 13 ਟੀਮਾਂ ਪੰਜਾਬ ਦੇ ਵਿੱਚ ਤੈਨਾਤ ਨੇ। ਨੰਗਲ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਭਲਾਣ, ਨਨਗਰਾਂ, ਭਾਲੜੀ ਖੇਤਰਾਂ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਹਨਾਂ ਦੇ ਵੱਲੋਂ ਕ੍ਰੈਸ਼ਰਾਂ ਨੂੰ ਸੀਲ ਕੀਤਾ ਗਿਆ। ਬਾਕੀ ਖੁਲਾਸੇ ਰੇਡ ਪੂਰੀ ਹੋਣ ਤੋਂ ਬਾਅਦ ਕੀਤੇ ਜਾਣਗੇ। BSF ਦਾ ਸਖ਼ਤ ਪਹਿਰਾ ਇੱਥੇ ਲੱਗਿਆ ਹੋਇਆ ਹੈ। ਦੱਸ ਦਈਏ ਕਿ ਕੁੱਲ 13 ਟੀਮਾਂ ਜ਼ਿਲ੍ਹਾ ਰੋਪੜ ਦੇ ਵਿੱਚ ਤੈਨਾਤ ਨੇ। ਲਗਾਤਾਰ ਕਈ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ। ਤਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਈਡੀ ਦਾ ਵੱਡਾ ਐਕਸ਼ਨ ਨਜ਼ਰ ਆਇਆ। ਪੰਜਾਬ ਦੀਆਂ ਕੁੱਲ 13 ਥਾਵਾਂ ਨੇ ਜੋ ਕਿ ਈਡੀ ਦੇ ਵੱਲੋਂ ਜਿੱਥੇ ਛਾਪਾ ਮਾਰਿਆ ਗਿਆ। ਰੋਪੜ, ਹੁਸ਼ਿਆਰਪੁਰ ਸਣੇ 13 ਥਾਵਾਂ ਨੇ। ਤਾਂ ਦੱਸ ਦਈਏ ਕਿ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਈਡੀ ਦੇ ਵੱਲੋਂ ਕੁਝ ਜ਼ਮੀਨਾਂ ਜਿਹੜੀਆਂ ਉਹ ਕੁਰਕ ਕੀਤੀਆਂ ਗਈਆਂ ਸੀ ਔਰ ਉਹਨਾਂ ਜ਼ਮੀਨਾਂ 'ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਸੀ। ਇਸ ਮਾਮਲੇ ਦੇ ਵਿੱਚ ਈਡੀ ਦੇ ਵੱਲੋਂ 3.5 ਕਰੋੜ ਰੁਪਇਆ ਜ਼ਬਤ ਕੀਤਾ ਗਿਆ, ਫੜਿਆ ਗਿਆ ਹੈ। ਤਾਂ ਦੱਸ ਦਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਵੱਡਾ ਐਕਸ਼ਨ ਈਡੀ ਦੇ ਵੱਲੋਂ ਕੀਤਾ ਗਿਆ ਹੈ।